ਮਹਾਬਲੀ ਰਣਜੀਤ ਸਿੰਘ ਜੈ ਜਿਉਂਦਾ ਰਹਿ ਜਾਂਦਾ। ਕਿੰਨਾ ਕੁ ਵਧੀਆ ਲੱਗਾ, ਬਹੁਤ ਵਧੀਆ, ਮੁੜ ਕੇ ਆਉਣਾ ਨਾ। ਆਰਮੀ ਦੇ ਚੀਫ ਸਰ, ਉਹਨਾਂ ਦੀ ਜਿਹੜੀ ਯਾਨੀ ਪਲੇਨ ਕ੍ਰੈਸ਼ ਤੇ ਡੈਥ ਹੋਈ ਸੀ, ਇੱਕ ਫਾਰਮੈਲਿਟੀ ਦੇ ਤੌਰ ਤੇ ਕਬਰ ਬਣਾਈ, ਸਿਰਫ ਜਿਆਉਲ ਹੱਕ ਦੀ ਇੱਥੇ ਕਬਰ ਮਿਲਿਆ, ਉਹ ਇੱਥੇ ਲਿਆ ਕੇ ਉਹਨਾਂ ਨੇ ਕਬਰ ਬਣਾ ਦਿੱਤੀ ਹੈ ਬਿਲਕੁਲ ਗਰਾਊਂਡ ਦੇ ਵਿੱਚ। ਸਾਡੇ ਭਾਜੀ ਹੁਣੀ ਹੈਗੇ ਨੇ ਖੁਸ਼ਮਿੰਦਰ ਸਿੰਘ ਭਾਜੀ ਹੈ, ਨਾਸਰ ਭਾਜੀ ਆ, ਬਾਕੀ ਪਿੱਛੇ ਦੇਖ ਲਓ ਕਿੱਡੀ ਦੂਰਾਂ ਤੋਂ ਬੀਬੀਆਂ ਵੀ ਆਈਆਂ ਨੇ, ਬੱਚੀਆਂ ਵੀ ਆਈਆਂ ਨੇ, ਪਰ ਪਾਕਿਸਤਾਨ ਦੇ ਵਿੱਚ ਆ ਕੇ ਨਾ ਇੱਕ ਹੋਊਆ ਜਿਹਾ ਖੜਾ ਕੀਤਾ ਹੁੰਦਾ ਵੀ ਆਹ ਆ ਉਹ ਆਹ ਆ, ਪਰ ਇੱਥੇ ਕੁਛ ਨਿਗਾਹ ਕੋਈ ਇਹੋ ਜਿਹੀ ਗੱਲਬਾਤ ਵਧੀਆ ਢੰਗ ਨਾਲ ਦੇਖੋ ਲੱਗਦਾ ਹੀ ਨਹੀਂ ਸਾਨੂੰ। ਸਾਨੂੰ ਤਾਂ ਮੈਂ ਫੈਮਿਲੀ ਲੈ ਕੇ ਬੱਚੇ ਲੈ ਕੇ ਆਓ, ਸਾਰੇ ਆਓ, ਬੱਚੇ ਲੈ ਕੇ ਆਓ, ਸਾਰੇ ਜਣੇ ਆਓ। ਪਾਕਿਸਤਾਨ ਚਲ ਗਿਆ ਤੁਹਾਨੂੰ ਅਮਰੀਕਾ ਦਾ ਵੀਜ਼ਾ ਲੱਗਣਾ, ਕੈਨੇਡਾ ਦਾ ਵੀਜ਼ਾ ਲੱਗਣਾ, ਪਾਕਿਸਤਾਨ ਇੱਕ ਹੁਣ ਕੰਟਰੀ ਵਰਗਾ ਕੰਟਰੀ ਆ, ਵਧੀਆ ਆਓ ਤੇ ਮੀਡੀਆ ਮੂਡੀਆ ਦੀਆਂ ਗੱਲਾਂ ਤੇ ਨਾ ਜਾਇਆ ਕਰੋ, ਆ ਕੇ ਦੇਖੋ ਪਹਿਲਾਂ, ਪ੍ਰੈਕਟੀਕਲ ਕਰਿਆ ਕਰੋ ਤੇ ਗੁੱਸਾ ਬਿਨਾ ਕਰਿਓ, ਇੱਕ ਵਾਰੀ ਜ਼ਰੂਰ ਆਓ ਸਾਰੇ ਜਾਣੇ। ਗੁੱਸਾ ਕਿਉਂ ਨਾ ਕਰਿਓ, ਗੁੱਸਾ ਨਹੀਂ ਕਰ ਲੈਂਦੇ ਤੁਸੀਂ, ਆਪ ਚੱਲ ਗਏ ਤਾਂ ਸਾਨੂੰ ਛੱਡ ਗਏ। ਨਹੀਂ ਇੱਕ ਹੋਰ ਗੱਲ ਹੈ, ਜਿੱਦਾਂ ਦਾ ਅਮਰੀਕਾ ਦਾ ਪਾਸਪੋਰਟ ਹੁੰਦਾ ਉਹ ਕਿਹੜੀ ਗੱਲ ਦਾ ਖਤੋਂ ਡਰਦੇ ਆ, ਪਰ ਕੋਈ ਇਹੋ ਜਿਹੀ ਗੱਲ ਨੀ, ਕੋਈ ਕੁਛ ਨੀ, ਇੱਕ ਮਿੰਟ ਜਰਾ ਖੜਾ ਕਰਿਓ ਸਾਡੇ ਤੇ ਵਿਸ਼ਵਾਸ ਨਹੀਂ ਕਰਨਾ ਜੀ ਕੁੜੀਓ, ਤੁਸੀਂ ਆਓ ਪਾਕਿਸਤਾਨ ਆ ਕੇ ਕਿੱਦਾਂ ਲੱਗਾ, ਬਹੁਤ ਵਧੀਆ ਲੱਗਾ ਨਾ, ਬੋਲ ਕੇ ਦੱਸੋ ਕੈਮਰੇ 'ਚ ਵਧੀਆ ਲੱਗਾ ਪਾਕਿਸਤਾਨ, ਕਿੰਨਾ ਕੁ ਵਧੀਆ ਲੱਗਾ, ਬਹੁਤ ਵਧੀਆ, ਮੁੜ ਕੇ ਆਉਣਾ ਨਾ।
ਕੇ ਹੁਣ ਰੋਹਤਾਸ ਫੋਰਟ ਔਰ ਸਾਹਮਣੇ ਰੋਹਤਾਸ ਫੋਰਟ ਹੈ ਬਹੁਤ ਸਾਰੀਆਂ ਹੁਕਮਤਾਂ ਬਦਲੀਆਂ ਇੱਕ ਤਾਂ ਹੁਣ ਜਿਹੜੀਆਂ ਟਰਮਾਂ ਹੁੰਦੀਆਂ ਵੀ ਆਹ ਮਾਸ਼ਰੀ ਪਾ ਗਿਆ ਅਤੇ ਆਹ ਮੁਸਲਮਾਨ ਸਿੱਖ ਫਿਰ ਮੁਸਲਮਾਨ ਇਸ ਤਰ੍ਹਾਂ ਕਰਕੇ ਇਸ ਕਿਲ੍ਹੇ 'ਤੇ ਬਹੁਤ ਸਾਰੀਆਂ ਜਿਹੜੀਆਂ ਹੁਕਮਤਾਂ ਆਪਣੇ ਬਦਲ ਦੀਆਂ ਦੌੜਦੀਆਂ ਮਿਲਦੀਆਂ ਇਹ ਕਦੋਂ ਤਾਂ ਬਣਿਆ ਬੜੇ ਸੌ ਸਾਲ ਪਹਿਲਾਂ ਤਾਂ ਬਣਿਆ ਅਤੇ ਸ਼ੇਰ ਸ਼ਾਹ ਸੂਰੀ ਵੀ ਆਇਆ ਮਹਾਰਾਜਾ ਰਣਜੀਤ ਸਿੰਘ ਵੀ ਆਇਆ ਉਸ ਤੋਂ ਪਹਿਲਾਂ ਤਾਂ ਜਿੰਨੇ ਮਹਾਰਾਜ ਮੁਗਲ ਵੀ ਆਏ ਫਿਰ ਅੰਗਰੇਜ਼ ਵੀ ਆਏ ਫਿਰ ਦੁਬਾਰਾ ਮੁੜ ਮੁਸਲਮਾਨ ਆਏ ਉਹ ਕਿਲ੍ਹਾ ਇਹ ਜਿਹੜਾ ਆ ਜਿਸ ਤੋਂ ਹੀ ਲੰਘਣ ਡੇ ਇਹਦੇ 'ਤੇ ਜੀ ਟੀ ਰੋਡ ਜਿਹੜਾ ਅਫਗਾਨਿਸਤਾਨ ਤੋਂ ਸ਼ੁਰੂ ਹੁੰਦਾ ਅਤੇ ਥਰੂ ਆਊਟ ਦਿੱਲੀ ਤੱਕ ਜਾਂਦਾ ਇਹ ਇੱਕ ਰਾਜ ਸੀ ਪਹਿਲਾਂ ਇੱਕ ਗੌਰਮੈਂਟ ਸੀ ਪਹਿਲਾਂ ਇੱਥੇ ਸ਼ੁਰੂ ਤੋਂ ਲੱਗ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਵੀ ਰਹੀ ਸੋ ਇਹਨਾਂ ਨੇ ਆਪਣੇ ਆਪਣੇ ਕਿਲ੍ਹੇ ਬਣਾਏ ਹੁੰਦੇ ਸੀ ਉਦੋਂ ਤਾਂ ਇਹ ਸੀ ਨਾ ਜਿਵੇਂ ਕਿਲ੍ਹਾ ਪਤਾ ਕਰ ਲਿਆ ਉਦੋਂ ਸ਼ਹਿਰ ਪਤਾ ਕਰ ਲਿਆ ਮੁਲਕ ਪਤਾ ਕਰ ਲਿਆ ਇਸ ਤੋਂ ਕਿਲ੍ਹਾ ਜਿਹੜਾ ਵਾ ਆਪਣੇ ਜਿਹੜੀ ਜਿਹਨੂੰ ਆਪਾਂ ਫਨੇ ਤਮੀਰ ਕਹਿ ਲੈਂਦੇ ਉਹਦਾ ਇੱਕ ਜਿਵੇਂ ਤੁਸੀਂ ਹੁਣ ਲਾਹੌਰ ਦਾ ਵੇਖੋ ਇਸ ਤੋਂ ਬਾਅਦ ਵੀ ਅੱਗੇ ਰਸਤੇ 'ਚ ਵੀ ਅੱਜ ਦੇ ਸ਼ੇਖੂਪੁਰ ਵਾਲਾ ਛੋਟੇ ਨੇ ਲੇਕਿਨ ਇਹ ਥੋੜ੍ਹੇ ਜਿਹੇ ਵੱਡੇ ਨੇ ਜਿਹਨੂੰ ਆਪਾਂ ਸੈਂਟਰਲ ਕਹਿ ਸਕਦੇ ਗੌਰਮੈਂਟਾਂ ਦਾ ਸੈਂਟਰਲ ਸੀ ਦਰਸ਼ਨ ਕਰਾਤੇ ਤੁਸੀਂ ਇਹ ਤਾਂ ਬਹੁਤ ਵਧੀਆ ਜਗ੍ਹਾ ਜੀ ਸੋ ਕੈਸਾ ਫੀਲ ਕਰਦੇ ਹੋ ਪਾਕਿਸਤਾਨ ਪਹੁੰਚ ਕੇ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਹੁਣ ਤੱਕ ਕਿੱਥੇ ਕਿੱਥੇ ਘੁੰਮ ਚੁੱਕੇ ਹੋ ਬਸ ਜੀ ਪੰਜਾਬ ਸਾਹਿਬ ਇੱਥੇ ਪਾਕਿਸਤਾਨ ਦੇ ਹੋਰ ਇਤਿਹਾਸਿਕ ਸਥਾਨ ਜਿਹੜੇ ਸੀ ਪਾਕਿਸਤਾਨ ਦੇ ਖੂਬਸੂਰਤ ਸ਼ਹਿਰ ਪਾਕਿਸਤਾਨ ਦੇ ਖੂਬਸੂਰਤ ਲੋਕ ਸਾਰਿਆਂ ਨੂੰ ਮਿਲਿਆ ਬਹੁਤ ਹੀ ਪਿਆਰ ਅਤੇ ਬਹੁਤ ਹੀ ਸਤਿਕਾਰ ਅਤੇ ਮਾਣ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਪਾਕਿਸਤਾਨ ਆਏ ਹੋ ਅਤੇ ਸਾਡੀ ਮਾਤਾ ਦਾ ਘਰ ਵਾ ਸਾਡਾ ਅਸਲੀ ਘਰ ਹੀ ਇਹੀ ਹੈ ਹਨਾ ਬਹੁਤ ਧੰਨਵਾਦ ਚੋਹਾ ਸਾਹਿਬ ਜਾ ਰਹੇ ਹਾਂ ਥੋੜ੍ਹੀ ਦੇਰ ਤੱਕ ਫਿਰ ਦੁਬਾਰਾ ਅਸੀਂ ਪਹੁੰਚ ਰਹੇ ਹਾਂ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਹਾਂ ਸਤਿ ਸ਼੍ਰੀ ਅਕਾਲ
ਸਿਕਿਉਰਿਟੀ ਪੁਆਇੰਟਸ ਨੇ ਜਿੱਥੇ ਸਿਕਿਉਰਿਟੀ ਆ ਜਾਂਦੇ ਵੱਡੀ ਤੋਪਾ ਦੂਰ ਦੀ ਇੱਥੋਂ ਦੂਰ ਦੀ ਮਾਰ ਮਹਾਰਾਜਾ ਰਣਜੀਤ ਸਿੰਘ ਚਲਾਇਆ ਜੀ, ਬੜੇ ਲੋਕਾਂ ਨੇ ਸਰਚ ਕੀਤਾ, ਗੋਰਿਆਂ ਨੇ ਕੀਤਾ, ਮਹਾਰਾਜਾ ਰਣਜੀਤ ਸਿੰਘ ਨੇ ਕੀਤਾ, ਸਭ ਨੇ। ਬਹੁਤ ਹੀ ਵਧੀਆ ਜਗ੍ਹਾ 'ਤੇ ਆਏ ਅਤੇ ਦੂਰ ਇਹਨਾਂ ਪੇਸ਼ ਕਰਨਾ ਹੈ ਮਹਾਰਾਜਾ ਰਣਜੀਤ ਸਿੰਘ ਬਾਰੇ। ਸਿੱਖਾਂ ਦਾ ਵੀ ਇੱਥੇ ਰਾਜ ਰਿਹਾ। ਉਹ ਮਹਾਬਲੀ ਰਣਜੀਤ ਸਿੰਘ ਜੈ ਜਿਉਂਦਾ ਰਹਿ ਜਾਂਦਾ, ਉਹ ਜਿਸ ਵਿੱਚ ਦਮ ਸੀ ਸਾਤੋਂ ਖੋਨ ਨਿਕਾਣਾ ਲੈ ਜਾਂਦਾ। Thank you.
अच्छा ਪ੍ਰਭਾਵਿਤ ਹੁੰਦੇ ਇੱਥੇ ਕੋਈ ਪਾਣੀ ਨਹੀਂ ਸੀ ਧਰਤੀ ਨੇ ਸੂਈ ਮਾਰੀ ਸੀ ਪੁੱਤਰ ਨੇ ਅਬਾਈਆਂ ਜੋ ਮਾਰਿਆ ਤਾਂ ਕਹਿੰਦੇ ਝਰਨਾ ਪੁੱਛਿਆ ਸੀ ਸ਼ੇਸ਼ਾ ਸੂਰੀ 25 ਸਾਲ ਗੁਰਦੇ ਅੱਛਾ ਸ਼ੇਸ਼ਾ ਸੂਰੀ ਨੇ ਗੁਰਦੁਆਰਾ ਸਾਹਿਬ ਬਣਾਇਆ ਸੀ 25 ਸਾਲ ਨਾ ਕਿਲਾ ਕਿਲਾ ਨਹੀਂ ਨਹੀਂ ਗੁਰਦੁਆਰੇ ਦੇ ਨਾਲ ਅੱਛਾ ਅੱਛਾ ਕਿਲਾ ਸਾਹਿਬ ਗੁਰਦੁਆਰਾ ਸੂਰੀ ਸਾਹਿਬ ਕਿਲਾ ਚੰਨ ਪਾਣੀ ਵਰਤਦਾ ਅੱਛਾ ਸਾਰਾ ਪਾਣੀ ਇੱਥੋਂ ਵਰਤਿਆ ਕਿਲੇ ਦਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇੱਥੇ ਆਇਆ ਨਾਨਕ ਆਇਆ ਨਾਨਕ ਆਇਆ ਨਾਨਕ ਆਇਆ ਮੰਗਲ ਸੁਖ ਪਾਏ ਗੁਰਪੂਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨ ਗ੍ਰੇ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅੰਦਨ ਸੁਖਤ ਕਰੀਏ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖਨਾਸੈ ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪੁੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦੁਰਲਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦੁਰਲਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿਨਾਮ ਜੀ ਵਾਹਿਗੁਰੂ 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 ਜੀ ਓ ਸਤਿਨਾਮ 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 ਜੀ ਵਾਹਿਗੁਰੂ ਵਾਹਿ
ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਿੰਨੇ ਵੀ ਪੰਜਾਬੀ ਲਹਿਰ ਚੈਨਲ ਦੇ ਇੱਧਰ ਉਹਨਾਂ ਦਾ ਬਹੁਤ ਸਾਰਾ ਸਲਾਮ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੋਸ਼ਿਸ਼ ਕਰਦੇ ਰਹੀਦਾ ਜਿਹੜੇ ਪਾਕਿਸਤਾਨ ਦੇ ਵਿੱਚ ਪੰਜਾਬੀ ਪੂਰੀ ਦੁਨੀਆ ਤੋਂ ਜਿਹੜੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਪਾਕਿਸਤਾਨ ਦੇ ਐਕਸਪੀਰੀਅੰਸ ਬਾਰੇ, ਪਾਕਿਸਤਾਨ ਦੇ ਵਿਜ਼ਿਟ ਦੇ ਐਕਸਪੀਰੀਅੰਸ ਬਾਰੇ। ਅੱਜ ਅਸੀਂ ਜੋ ਕਿ ਫੈਸਲ ਹੋ ਗਿਆ ਇਸਲਾਮਾਬਾਦ, ਅਤੇ ਸਾਡੇ ਨਾਲ ਆਏ ਨੇ ਸੁੱਖੀ ਭਾਜੀ USA ਤੋਂ। ਵੈਲਕਮ ਜਨਾਬ ਤੁਹਾਨੂੰ ਪਾਕਿਸਤਾਨ 'ਚ, ਸਤਿ ਸ਼੍ਰੀ ਅਕਾਲ ਸੁੱਖੀ ਭਾਜੀ। ਪਹਿਲਾਂ ਤਾਂ ਦੱਸਿਓ ਕਿੱਥੇ ਦੇ ਰਹਿਣ ਵਾਲੇ ਜੀ? ਪਿੱਛੋਂ ਦੀ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ। ਜਲੰਧਰ ਜਲੰਧਰ ਅਤੇ ਹੁਣ ਹਾਲ ਮੁਕੀਮ ਉਰਦੂ ਦਾ ਲਫ਼ਜ਼ ਆ ਵੀ ਹੁਣ ਕਿੱਥੇ ਰਹਿੰਦੇ? ਹੁਣ ਮੈਂ ਮੋਡੈਸਟੀ ਰਹਿ ਰਿਹਾ USA। ਕਿੰਨੀ ਦੇਰ ਤੋਂ? ਅਬਾਊਟ 28 ਸਾਲ। ਅੱਛਾ ਅੱਛਾ, ਬਹੁਤਾ ਟਾਈਮ ਨਹੀਂ, ਆਪਾਂ ਨੂੰ 2 ਦਿਨ ਹੋਏ। ਹਾਂਜੀ ਹਾਂਜੀ ਬਿਲਕੁਲ। ਕਿਵੇਂ ਆਵਾਮ ਨੂੰ ਪਾਇਆ ਪਾਕਿਸਤਾਨੀ ਆਵਾਮ ਨੇ? ਬਹੁਤ ਵਧੀਆ ਲੱਗਾ ਜਦੋਂ ਕਿ ਸਾਡਾ ਆਪਣਾ ਪਰਿਵਾਰ ਹੋਵੇ, ਬਹੁਤ ਚਿਰ ਵੱਲ ਮਿਲੇ ਹੋਈਏ, ਬਹੁਤ ਜ਼ਿਆਦਾ ਕਹਿ ਲਓ ਕਿ ਜਦੋਂ ਵੀ ਕਿਸੇ ਨਾਲ ਪੰਜਾਬੀ ਬੋਲੇ ਹਾਂ
ਅੱਖਾਂ ਨੈਚੁਰਲੀ ਪਾਣੀ ਛੱਡਣ ਲੱਗ ਪਈਆਂ। ਮਜ਼ਬੀ ਗੱਲ ਕਰਦੇ ਓਹਦੇ ਵੱਲੋਂ ਜਿਹੜਾ ਵਾ 80% ਜੇ ਆਪਾਂ ਕਹਿ ਲਈਏ ਤੇ ਘੱਟ ਨਹੀਂ ਹੋਏਗਾ ਜਿਹੜਾ ਇਤਿਹਾਸ ਸਿੱਖ ਸਿੱਖੀਜ਼ਮ ਦਾ ਇੱਥੇ ਪਾਕਿਸਤਾਨ ਇੱਧਰਲੇ ਪੰਜਾਬ ਜੀਵਨ ਅਤੇ ਕਿਵੇਂ ਦਾ ਲੱਗਾ ਧਾਰਮਿਕ ਅਸਥਾਨਾਂ ਅਤੇ ਬਾਬਾ ਜੀ ਦੇ ਅਤੇ ਗੁਰਦੁਆਰਾ ਸਾਹਿਬਾਨ ਦੀ ਜਾ ਕੇ ਕਿਵੇਂ ਮਹਿਸੂਸ ਹੋਇਆ? ਮਹਿਸੂਸ ਤਾਂ ਸਭ ਤੋਂ ਪਹਿਲਾਂ ਇਹੀ ਹੋਇਆ 80% ਇੱਥੇ 20% ਉੱਥੇ ਬੁਰਾ ਲੱਗਾ ਜਿਹੜਾ ਕਿ ਸਭ ਤੋਂ ਖੋਣਾ ਨਹੀਂ ਸੀ ਚਾਹੀਦਾ। ਪਰ ਹੁਣ ਵਾਹਿਗੁਰੂ ਮਿਹਰ ਕਰੇ ਅਸੀਂ ਮੁੜ ਇਕੱਠੇ ਹੋਈਏ ਕਿਉਂਕਿ ਅਸੀਂ ਆਪਣਾ ਖੋਇਆ ਹੋਇਆ ਪੰਜਾਬ ਮੁੜ ਹਾਸਲ ਕਰਨਾ ਚਾਹੀਦਾ। ਅੱਛਾ, ਕਿਵੇਂ ਇਨ ਫਿਊਚਰ ਜੇ ਆਪਾਂ ਗੱਲ ਕਰਦੇ ਹਾਂ ਤਾਂ ਕਿਸ ਤਰ੍ਹਾਂ ਹੋਣਾ ਚਾਹੀਦਾ, ਆਪਾਂ ਕੀ ਵੇਖਦੇ ਹਾਂ ਆਪਣੇ ਰਿਲੇਸ਼ਨ ਨੂੰ, ਕਿਸ ਲੈਵਲ ਤੱਕ ਆਪਾਂ ਵਾਧਾ ਚੰਗਾ ਹੁੰਦਾ ਵੇਖ ਰਹੇ ਹਾਂ, ਵੀ ਇਹ ਅਸੀਂ ਬਿਹਤਰੀ ਵੱਲ ਜਾ ਰਹੇ ਹਾਂ? ਬਿਹਤਰੀ ਵੱਲ ਜਾ ਰਹੇ ਹਾਂ ਪਰ ਜਿੰਨਾ ਸਾਨੂੰ ਜਾਣਾ ਚਾਹੀਦਾ ਉਹਨਾਂ ਨਹੀਂ ਜਾ ਰਿਹਾ, ਅਜੇ ਬਹੁਤ ਸਲੋਅ ਆ। ਸਲੋਅ ਆ, ਜੇ ਇਸ ਤਰੀਕੇ ਨਾਲ ਚੱਲਾਂਗੇ ਸ਼ਾਇਦ ਅਸੀਂ ਆਪਣੀ ਜ਼ਿੰਦਗੀ ਜਿਹਦੇ ਜੀ ਦਾ ਨਾਂ ਦੇ ਸਕੀਏ ਜਿੰਨਾ ਸਲੋਅ ਚੱਲ ਰਹੇ ਹਾਂ। ਜੇ ਥੋੜ੍ਹਾ ਜਿਹਾ ਬਾਅਦ ਫਾਸਟ ਹੋਣਾ ਚਾਹੀਦਾ, ਫਾਸਟ ਹੋਣਾ ਚਾਹੀਦਾ। ਮੈਂ ਕੈਨੇਡਾ ਦੀ ਗੱਲ ਕਰਦੇ ਜੀ, ਅਤੇ ਉਹ ਆਪਣੇ ਆਈ ਡੀ ਵਹਾ ਕੇ ਜਾਂਦੇ ਇੱਕ ਦੂਜੇ ਪਾਸੇ, ਇਸ ਤਰ੍ਹਾਂ ਦਾ ਉਹ ਹੋ ਜਾਣਾ ਚਾਹੀਦਾ? ਹੋ ਜਾਣਾ ਚਾਹੀਦਾ, ਜਲਦ ਹੋਣਾ ਚਾਹੀਦਾ। ਮੈਂ ਵੇਖਦਾ ਵੀ ਇਹ ਜਲਦ ਹੋ ਰਿਹਾ। ਕਾਸ਼ ਤੁਸੀਂ ਸੱਚੇ ਹੋ, ਜਿਹੜਾ ਕਿ ਪਤਾ ਨਹੀਂ ਹਾਲਾਤਾਂ ਦਾ ਜਾਂ ਪੋਲੀਟੀਕਲ ਲੀਡਰਾਂ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ ਉਹਨਾਂ ਦੀ ਕੀ ਸੋਚ ਆ, ਕਿਉਂਕਿ ਜਿਹੜੀ ਉਹ ਸਾਡੇ ਤੋਂ ਬਹੁਤ ਗਾਂਹ ਸੋਚਦੇ ਆ, ਅਤੇ ਉਹਦੇ ਮੱਦੇਨਜ਼ਰ ਅਜੇ ਮੈਂ ਕੁਛ ਇਹ ਤਾਂ ਨਹੀਂ ਕਹਿ ਸਕਦਾ, ਪਰ ਹੋਪ ਕਰੂੰਗਾ ਕਿ ਜਲਦ ਹੋਵੇ। ਅੱਛਾ, ਵੀਜ਼ਾ ਲੈਣ 'ਚ ਕਿੰਨੀ ਔਕੜ ਹੁੰਦੀ ਹੈ ਜੇ ਪਾਕਿਸਤਾਨ ਦਾ ਲੈਣਾ ਹੋਵੇ? ਤੁਹਾਨੂੰ ਕੀ ਲੱਗਦਾ, ਔਖਾ ਕੰਮ? ਪਾਕਿਸਤਾਨ ਤੋਂ ਅਮੈਰੀਕਾ ਲੈਣਾ ਤਾਂ ਕੋਈ ਔਖਾ ਨਹੀਂ, ਕੋਈ ਔਖਾ ਨਹੀਂ, ਕੋਈ ਔਖਾ ਨਹੀਂ। ਵੈਸੇ ਹੁਣ ਮੈਂ ਵੀਡੀਓ ਦੇ ਰਾਹੀਂ ਦੱਸਦਾ ਵਾਂ, ਇੰਡੀਅਨਸ ਵਾਸਤੇ ਵੀ ਹੁਣ ਮੁਸ਼ਕਲ ਨਹੀਂ ਹੈ, ਪਾਕਿਸਤਾਨ ਗਵਰਨਮੈਂਟ ਨੇ ਬਹੁਤ ਇਹਨੂੰ ਆਸਾਨ ਕੀਤਾ ਵੀਜ਼ਾ ਲੈਣਾ। ਇੱਕ ਫੋਰਮ ਮਿਲਦਾ ਇੰਡੀਅਨਸ ਵਾਸਤੇ, ਉਹ ਫੋਰਮ ਫਿਲ ਕਰਕੇ ਤੁਸੀਂ ETBB shrines@yahoo.com ਉਹਨਾਂ ਦੀ ਈਮੇਲ 'ਤੇ ਉਹਨੂੰ ਈਮੇਲ ਪਾਓ, ਠੀਕ ਹੈ, ਉਹ ਤੁਹਾਨੂੰ ਅਲਾਓ ਕਰਨਗੇ ਅਤੇ ਉਹ ਲੈਟਰ ਦੇਣਗੇ, ਉਹ ਅੰਬੈਸੀ ਅਟੈਚ ਕਰੋ, ਔਨਲਾਈਨ ਵੀਜ਼ਾ ਮਿਲ ਜਾਂਦਾ 36 ਘੰਟੇ 'ਚ ਹੁਣ ਤਾਂ ਮਿਲ ਜਾਂਦਾ। ਇੰਡੀਅਨਸ ਵਾਸਤੇ ਵੀ ਕੋਈ ਮੁਸ਼ਕਲ ਨਹੀਂ ਹੈ। ਸੋ ਜਿੰਨੇ ਵੀ ਬਾਹਰ ਬੈਠੇ ਨੇ ਲੋਕ ਉਹਨਾਂ ਨੂੰ ਦੱਸਦਾ ਵੀ ਜਿਨ੍ਹਾਂ ਤੋਂ ਨਾ ਕੋਈ ਜਾਣਦਾ ਹੋਵੇ ਉਹਨਾਂ ਨੂੰ ਉਹਨਾਂ ਵਾਸਤੇ ਵੀ ਤੁਸੀਂ ETBB shrines@yahoo.com ਉਹਨਾਂ ਨੂੰ ਈਮੇਲ ਪਾਓ, ਅਤੇ ਉਹ ਤੁਹਾਨੂੰ ਉਹਦਾ ਰਿਪਲਾਈ ਦੇਣਗੇ, ਉੱਤੇ ਸਪੋਂਸਰ ਬਣ ਜਾਏਗਾ, ਉੱਤੇ ਵੀਜ਼ਾ ਮਿਲ ਜਾਏਗਾ ਇੰਡੀਅਨਸ ਵਾਸਤੇ ਵੀ। ਜੇ ਉੱਥੇ ਵੀ ਨਹੀਂ ਕਰ ਸਕਦੇ ਤਾਂ ਪੰਜਾਬੀ ਲਹਿਰ ਟੀਮ ਨੂੰ ਰਾਬਤਾ ਕਰੋ, ਅਸੀਂ ਤੁਹਾਨੂੰ ਕੁਛ ਨਾ ਕੁਛ ਜੁਗਾੜ ਕਰ ਦਾਂਗੇ, ਅਤੇ ਉਹ ਵੀ ਤੁਹਾਨੂੰ ਇੰਨਾ ਹੀ ਪਿਆਰ ਦੇਣਗੇ ਜਿਵੇਂ ਮੈਂ ਅਸੀਂ ਤੁਹਾਡੇ ਨਾਲ ਕਰਨੇ, ਲਾ ਚਾਹ ਕਰਨੇ, ਪਿਆਰ ਕਰਨੇ, ਲੋਕ ਬਹੁਤ ਪਿਆਰ ਕਰਦੇ। ਅਤੇ ਕੀ ਸੁਨੇਹਾ ਦੇਣਾ ਵੀਡੀਓ ਦੇ ਰਾਹੀਂ ਜਿਹੜੇ ਆਉਣਾ ਚਾਹੁੰਦੇ? ਮੇਰਾ ਸੁਨੇਹਾ ਇਹ ਆ, ਜਿਹੜੀ ਭਾਅ ਜੀ ਨੇ ਵੈਬਸਾਈਟ ਦੱਸੀ ਆ, ਜਿਹੜੇ ਮੇਰੇ ਪੰਜਾਬੀ ਭਰਾ ਹਿੰਦੁਸਤਾਨ 'ਚ ਆ ਜਾਂ ਪੰਜਾਬ ਦੀਆਂ ਬਾਹਰਲੀਆਂ ਸਟੇਟਾਂ ਤੋਂ, ਉਹਨਾਂ ਨੂੰ ਫੋਲੋ ਕਰਦੇ ਹੋਏ ਇੱਥੇ ਆਪਣਾ ਇੱਕ ਟ੍ਰਿਪ ਜ਼ਰੂਰ ਲਾਉਣ, ਕਿਉਂਕਿ ਦੇਖੇ ਅਤੇ ਦੱਸੇ 'ਚ ਬਹੁਤ ਫਰਕ। ਵਾਰ ਵਾਰ ਆਉਂਦੇ ਰਹੇ ਤਾਂ ਜਿਹੜੀ ਭਾਅ ਜੀ ਸੋਚਦੇ ਆ ਕਿ ਆਪਾਂ ਈਜ਼ੀ ਹੋਜੂਗਾ ਆਉਣਾ ਜਾਣਾ, ਹੋਜੂਗਾ, ਇਹ ਡਿਪੈਂਡ ਤੁਹਾਡੇ ਸਾਰਿਆਂ 'ਤੇ ਆ। ਜੇ ਤੁਸੀਂ ਆਓਗੇ ਇਹ ਭਾਅ ਜੀ ਹੁਣੇ ਵੀ ਸਾਡੇ ਵੱਲ ਜਾਣ ਤਾਂ ਸਾਡੇ ਲਈ ਬਹੁਤ ਵਧੀਆ ਹੋਊਗਾ। ਅੱਛਾ, ਇਹਦੇ ਵਿੱਚ ਜਿੰਨੇ ਵੀ ਬਿਲਡਿੰਗ ਨੇ, ਜੇ ਆਪਾਂ 80% ਇਤਿਹਾਸ ਦੀ ਗੱਲ ਕਰਦੇ ਹਾਂ ਇੱਥੇ ਜੁੜਿਆ, ਜੋ ਬਿਲਡਿੰਗ ਨੂੰ ਕਿਵੇਂ ਸੇਵ ਕੀਤਾ ਜਾ ਸਕਦਾ ਵਾ, ਜਿਹੜੀਆਂ ਇੱਥੇ ਆਪਰੇਸ਼ਨਲ ਗੁਰਦੁਆਰਾ ਸਾਹਿਬਾਨ ਥੋੜ੍ਹੇ ਹੀ ਆ ਜਿਹੜੇ ਜਿੱਥੇ ਪ੍ਰਕਾਸ਼ ਹੁੰਦਾ ਮਹਾਰਾਜ ਦਾ, ਵੀ ਕਿਵੇਂ ਸੇਵ ਕੀਤਾ ਜਾ ਸਕਦਾ ਵਾ, ਤੁਹਾਡੇ ਜ਼ਿਹਨ 'ਚ ਕੀ ਸੁਜੈਸ਼ਨ ਆ, ਕਿਸ ਤਰ੍ਹਾਂ ਹੋ ਸਕਦਾ? ਮੈਂ ਸਮਝਦਾ ਕਿ ਲੋਕ ਜਿੰਨੀ ਦੇਰ ਇੱਥੇ ਜਿਹੜੇ ਨੇ ਸਿੱਖ ਯਾਤਰੀ ਉਹ ਆਉਣਗੇ ਨਹੀਂ, ਉੱਥੇ ਵਿਜ਼ਿਟ ਨਹੀਂ ਕਰਨਗੇ, ਉਹਨਾਂ ਨੂੰ ਠੀਕ ਕਰਵਾਉਣ ਦਾ ਜਾਂ ਆਪਰੇਸ਼ਨ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ? ਹਾਂਜੀ, ਬਿਲਕੁਲ ਬਿਲਕੁਲ, ਇਹ ਤਾਂ ਠੀਕ ਤਾਂ ਤਰਵਾਈ ਕਰਵਾਵਾਂਗੇ ਜੇ ਸਾਡੇ ਵਿੱਚ ਤਾ ਚਾਹ ਹੋਵੇਗਾ ਇੱਥੇ ਆਉਣ ਦਾ। ਮੇਰੀ ਉਹੀ ਫਿਰ ਬੇਨਤੀ ਪੰਜਾਬੀਆਂ ਦੇ ਸਿੱਖਾਂ ਨੂੰ, ਜ਼ਰੂਰ ਆਓ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਤੇ ਚੱਕਰ ਫਿਰ ਦੇਖੀਏ, ਜਿਹੜਾ ਕਿ ਅਸੀਂ ਕਿਤਾਬਾਂ 'ਚ ਪੜ੍ਹਿਆ ਜਾਂ ਸਿਆਣਿਆਂ ਤੋਂ ਸੁਣਿਆ ਸੀ, ਅੱਜ ਇੱਥੇ ਆ ਕੇ ਪਤਾ ਲੱਗਾ ਕਿ ਸਾਡੇ ਸ਼ੇਰੇ ਪੰਜਾਬ ਦਾ ਰਾਜ ਕਿੱਥੇ ਤੱਕ ਸੀ। ਜਿੰਨੀ ਦੇਰ ਲੋਕ ਨਹੀਂ ਆਉਣਗੇ ਉਹਨਾਂ ਬਿਲਡਿੰਗ ਨੂੰ, ਉਹਨਾਂ ਇਤਿਹਾਸਿਕ ਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਰੈਨੋਵੇਟ ਕਰਨ ਦਾ ਵੀ ਮੇਰਾ ਖਿਆਲ ਖਾਤਰ ਖਾਸਾ ਫਾਇਦਾ ਨਹੀਂ ਹੋਏਗਾ। ਹਾਂਜੀ, ਜੇ ਅਸੀਂ ਇੱਥੇ ਆਵਾਂਗੇ ਵੀ ਨਹੀਂ ਤਾਂ ਸਾਨੂੰ ਕੋਈ ਹੱਕ ਨਹੀਂ ਹੋਊਗਾ ਤੁਹਾਨੂੰ ਇਹ ਕਹਿਣਗਾ ਕਿ ਤੁਸੀਂ ਸਾਡੇ ਇਤਿਹਾਸਿਕ ਸਿਆਣ ਸਾਂਭੇ ਨਹੀਂ, ਜਿੰਨਾ ਚਿਰ ਅਸੀਂ ਖੁਦ ਇਹਨਾਂ ਦੇ ਵਿੱਚ ਇਨਵੋਲਵ ਨਹੀਂ ਹੁੰਦੇ। ਹੁਣ ਉਹ ਜਾ ਕੇ ਕਿੰਨੇ ਦੋਸਤਾਂ ਨੂੰ ਦੱਸਣਾ ਵੀ ਪਾਕਿਸਤਾਨ ਕਿਵੇਂ ਦਾ ਪਾਇਆ?
ਬਹੁਤ ਜ਼ਿਆਦਾ ਦੱਸਾਂਗੇ ਔਰ ਵਾਅਦਾ ਕਰਦੇ ਹਾਂ ਇੱਕ ਸਾਲ 'ਚ ਇੱਕ ਟ੍ਰਿਪ ਦਾ ਪੱਕਾ ਰਿਹਾ ਪੱਕਾ 100% ਵਾਅਦਾ ਵਿਦ ਫੈਮਿਲੀ ਹੋਇਆ ਕਰੂੰਗਾ ਐਤਕੀ ਇਸ ਵਾਰੀ ਮੈਂ ਇਕੱਲਾ ਆਇਆ ਅਤੇ ਐਵਰੀ ਈਅਰ ਆਇਆ ਕਹਾਂਗੇ ਫੈਮਿਲੀ ਦੇ ਨਾਲ ਇਸਲਾਮਾਬਾਦ ਦੀਆਂ ਲਾਹੌਰ ਦਾ ਟਿਕਟ ਲਓ ਇੱਥੋਂ ਤੁਹਾਨੂੰ ਜਾਣਾ ਵੀ ਦਿੱਲੀ ਦੀ ਬਜਾਏ ਇੱਥੋਂ ਜਾਣਾ ਸੌਖਾ ਹਾਂਜੀ ਸੌਖਾ ਨਾਲ ਉੱਥੇ ਫਿਰ ਅਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਵੀ ਕਰ ਸਕਦੇ ਹਾਂ ਨਾਲ ਹੀ ਅੰਮ੍ਰਿਤਸਰ ਵੀ ਕਲੋਜ਼ ਆ ਲਓ ਜੀ ਗੱਲਬਾਤ ਕੀਤੀ ਸੁੱਖੀ ਭਾਅ ਜੀ ਹੋਣਾ ਜਿਹੜੇ ਆਏ ਸੀ ਸਾਡੇ ਕੋਲ ਯੂ ਐੱਸ ਏ ਪਾਕਿਸਤਾਨ ਦੇ ਟ੍ਰਿਪ ਦੇ ਬਾਰੇ ਆਪਾਂ ਗੱਲਬਾਤ ਕੀਤੀ ਵੀ ਕਿਵੇਂ ਦਾ ਲੱਗਾ ਆਪਾਂ ਕੋਸ਼ਿਸ਼ ਕਰੀ ਦੀ ਜਿੰਨੇ ਵੀ ਲੋਕ ਆਉਣ ਲੋਕ ਆਉਣ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਵਾ ਉਹ ਤੁਹਾਡੇ ਤੱਕ ਸ਼ੇਅਰ ਕਰੀਏ ਕਿ ਪਾਕਿਸਤਾਨ ਆ ਕੇ ਕਿੱਦਾਂ ਦਾ ਲੱਗਾ ਆਵਾਮ ਨੂੰ ਮਿਲ ਕੇ ਕਿੱਦਾਂ ਦਾ ਲੱਗਾ ਪਿਆਰ ਆਵਾਮ ਦਾ ਕਿਵੇਂ ਦਾ ਕਿਵੇਂ ਇੱਕ ਦੂਜੇ 'ਚ ਲੋਕ ਜਿਹੜੇ ਘੁਲ ਮਿਲ ਜਾਂਦੇ ਕਿਸ ਤਰ੍ਹਾਂ ਕੋਲ ਮਿਲੇ ਆਪਾਂ ਬਹੁਤ ਜ਼ਿਆਦਾ ਬਲਕਿ ਸਾਡੇ ਨਾਲ ਹੀ ਲੋਕਲ ਜਿੰਨੇ ਵੀ ਸਾਨੂੰ ਮਿਲੇ ਆ ਈਵਨ ਅਸੀਂ ਰਾਤ ਤਾਂ 12 ਵਜੇ ਤੱਕ ਸੁੱਤੇ ਹੀ ਨਹੀਂ ਸੋ ਕੋਸ਼ਿਸ਼ ਕਰਦੇ ਰਹੀਦਾ ਕਿ ਇਸ ਤਰ੍ਹਾਂ ਦੇ ਪੋਜ਼ੀਟਿਵ ਜਿਹੜੇ ਨੇ ਵਿਊਜ਼ ਲੋਕਾਂ ਦੇ ਜਾਂ ਜੋ ਇੱਥੇ ਆ ਕੇ ਉਹਨਾਂ ਪਾਇਆ ਤੁਹਾਡੇ ਤੱਕ ਰੱਖਦੇ ਰਹੀਏ ਆਵਾਮ ਤੱਕ ਗੱਲ ਪਹੁੰਚਾਉਂਦੇ ਰਹੀਏ ਕਿ ਪਾਕਿਸਤਾਨ ਦਾ ਜਿਹੜਾ ਹਊਆ ਬਣਾਇਆ ਗਿਆ ਵਾ ਉਹ ਬਿਲਕੁਲ ਗਲਤ ਉਹ ਤਾਸਰ ਬਿਲਕੁਲ ਗਲਤ ਬੜੇ ਵਧੀਆ ਪੁਰਸਕੂਨ ਲੱਗਾ ਤਾਂ ਨਹੀਂ ਇਨਸਕਿਉਰਿਟੀ ਤਾਂ ਨਹੀਂ ਲੱਗੀ ਨੋਟ ਐਟ ਆਲ ਸੋ ਜਿੰਨੀ ਵੀ ਆਵਾਮ ਸਾਨੂੰ ਪੰਜਾਬੀ ਲਹਿਰ ਚੈਨਲ ਦੀ ਰਾਹੀਂ ਵੇਖਦੀ ਆ ਉਹਨਾਂ ਨੂੰ ਰਿਕੁਐਸਟ ਗੁਜ਼ਾਰਿਸ਼ ਕਿ ਜ਼ਰੂਰ ਇੱਕ ਵਾਰੀ ਆਓ ਆ ਕੇ ਫਿਜ਼ੀਕਲੀ ਵੇਖੋ ਇੱਥੇ ਕਿਵੇਂ ਦਾ ਪਾਕਿਸਤਾਨ ਨੂੰ ਪਾਇਆ ਕਿਵੇਂ ਦੇ ਲੋਕ ਨੇ ਸਿੱਖਾਂ ਦੀ ਗੱਲ ਕਰੀਏ ਵੀ ਧਾਰਮਿਕ ਤੌਰ 'ਤੇ ਮਜ਼ਹਬੀ ਤੌਰ 'ਤੇ ਵੀ ਉਹਨਾਂ ਦੇ ਰੂਟਸ ਇੱਥੇ ਨੇ ਬੜਾ ਵਧੀਆ ਤੁਹਾਨੂੰ ਫੀਲ ਹੋਏਗਾ ਬੜਾ ਵਧੀਆ ਮਹਿਸੂਸ ਹੋਏਗਾ ਇਸੇ ਕੋਸ਼ਿਸ਼ ਦੇ ਨਾਲ ਇਸੇ ਹੀ ਜਿਹੜਾ ਆਪਾਂ ਇੱਕ ਲਹਿਰ ਚਲਾਈਏ ਕਿ ਲੋਕਾਂ ਨੂੰ ਆਪਸੀ ਇੰਟਰੈਕਟ ਕਰਾਉਣ ਦੀ ਮਿਲਾਉਣ ਦੀ ਹੋਪਫੁਲੀ ਰੱਬ ਨੇ ਚਾਹਿਆ ਅਤੇ ਉਹਦੇ 'ਚ ਆਪਾਂ ਕਾਮਯਾਬ ਵੀ ਹੋਵਾਂਗੇ ਅਤੇ ਕਰਦੇ ਵੀ ਰਹੀਦਾ ਅਗਲੀ ਵੀਡੀਓ ਅਗਲੇ ਪ੍ਰੋਗਰਾਮ ਤੱਕ ਲਈ ਨਸਰ ਢਿੱਲੋਂ ਅਤੇ ਕੈਮਰਾਮੈਨ ਸਿਕੰਦਰ ਨੂੰ ਇਜਾਜ਼ਤ ਦਿਓ ਰੱਬ ਰੱਖ ਓਕੇ